ਸਸ਼ੀਕਲ ਜੀ ਅਸੀਂ ਬਲਵੀ ਸਟੋਰ ਪੋਸਟੋ ਵਿੱਚ ਚਲੋ ਜਾਣਾ ਤੋਂ ਪਹੁੰਚੇ ਹਾਂ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਸ਼ੀਕਲ ਆਈ ਹੋਪ ਕਿ ਸਭ ਠੀਕ ਠਾਕ ਹੋਣਗੇ ਤੇ ਅਸੀਂ ਲਾਈਵ ਹੋਏ ਹਾਂ ਤੁਹਾਨੂੰ ਡਿਜ਼ਾਈਨਰ ਸੂਟ ਦਿਖਾਉਣ ਵਾਸਤੇ ਤੇ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੇ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਆਪਣੇ ਜੋਧਿਆ ਚ ਰਾਮ ਜੀ ਬਰਾਜ਼ਮਾਨ ਹੋਏ ਨੇ ਤੇ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਜਿੰਨਾ ਵੀ ਇੰਡੀਆ ਦੇ ਇੰਡੀਆ ਸਾਡੇ ਪੂਰੇ ਵਰਲਡ ਚ ਸਾਡੇ ਜਿੰਨੇ ਵੀ ਭਾਈਚਾਰਾ ਹੈਗਾ ਬਸ ਇੱਕ ਭਾਈਚਾਰਾ ਸਾਡੇ Hindu ਭਾਈਚਾਰਾ Muslim ਭਾਈਚਾਰਾ ਸਭ ਨੂੰ ਜੈ ਸ਼੍ਰੀ ਰਾਮ ਤੇ आज दी वीडियो स्टार्ट ਇਥੋਂ ਕਰਾਂਗੇ जय श्री राम ਤੋਂ ਤੇ ਆਪਣੀ ਸ਼ਾਪ ਦੇ WhatsApp ਨੰਬਰ ਨੇ ਜੇ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਕੋਈ ਵੀ ਇਨਕੁਆਰੀ ਕਰਨੀ ਹੈ ਕਿਸੇ ਵੀ ਇੱਕ ਨੰਬਰ ਨੂੰ ਸੇਵ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੋਈ ਵੀ ਪੀਸ ਦੀ ਬੁਕਿੰਗ ਕਰवानी ਹੈ ਕਿਸੇ ਵੀ ਨੰਬਰ ਤੇ WhatsApp ਕਰ ਸਕਦੇ ਹੋ ਤੇ ਆਪਣੇ ਪੀਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਸ਼ਿਪਿੰਗ ਆਪਣੀ ਵਰਲਡ ਵਾਈਡ ਆ ਕਿਤੇ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਕੇ ਕੋਈ ਵੀ ਪੀਸ ਚਾਹ ਰਹੇ ਮੰਗਵਾਉਣਾ 2 ਤੋਂ 3 ਡੇਸ ਇੰਡੀਆ ਦੇ ਅੰਦਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਅੰਦਰ ਜੀ ਕਿੱਤੇ ਹੀ ਬੈਠ ਕੇ ਮੰਗਵਾ ਸਕਦੇ ਹੋ ਪੀਸਿਸ ਤੇ ਪਲੀਜ਼ ਵੀਡੀਓ ਨਾਲ ਦੀ ਨਾਲ ਸ਼ੇਅਰ ਜੁਰ ਕਰਦੇ ਰਹੋ ਕਿ ਥਿਸ ਇਜ਼ ਅ ਬਿਊਟੀਫੁਲ ਪੀਸਿਸ ਦਿਖਾਉਣੇ ਨੇ ਤੁਹਾਨੂੰ 20 ਦੇ 20 ਆਰਟੀਕਲ ਲਾ ਜਵਾਬ ਹੋਣ ਵਾਲੇ ਨੇ ਤਾਂ ਸਭ ਤੋਂ ਪਹਿਲਾ ਪੀਸ ਆਏਗਾ ਸਾਰਾ ਸਤਿਆਪਾਲ ਦਾ ਬ੍ਰਾਂਡ ਹੈਗਾ ਸਿਸਟਰ ਜੀ ਇਹ ਆਏਗਾ ਜੀ ਸਾਰਾ ਔਰਗੈਂਜ਼ਾ ਫੈਬਰਿਕ ਸਿਸਟਰ ਜੀ ਹੋਏਗਾ ਇਹ ਸਾਰਾ ਦੇ ਉੱਪਰ ਹਾਈਲਾਈਟਿੰਗ ਕੀਤੀ ਹੈ ਬਹੁਤ ਪਿਆਰੀ ਔਰਗੈਂਜ਼ਾ ਦਾ ਦੇਚੇ ਦਬਕੇ ਦੀ ਸੈਟਿੰਗ ਕਰਤਾਨਾ ਸੇ ਲਿਆ ਆਇਆ ਵਾ ਤੇ ਸਸ਼ੀਕਾਲ ਜੀ ਵੈਰੀ ਗੁੱਡ ਈਵਨਿੰਗਸ ਤੁਹਾਨੂੰ ਸਸ਼ੀਕਾਲ ਜੀ ਸਸ਼ੀਕਾਲ ਤੇ ਇਹ ਗਾਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਦੁਪੱਟਾ ਹੈਗਾ ਵਾ ਸਾਰਾ ਔਰਗਾਂਜ਼ਾ ਦੀ ਸ਼ਰਟ ਹੋਏਗੀ ਨਾਲ ਕਰੇਬ ਦੀ ਬਾਟਮ ਹੈਗੀ ਔਰ ਬਹੁਤ ਹੀ ਬਿਊਟੀਫੁਲ ਪੀਸ ਹੋਏਗਾ ਜੀ ਇਹ ਵਾਲਾ ਤੁਸੀਂ ਲੁੱਕ ਦੇਖੋ ਕਿੰਨੀ ਸਮਾਰਟਨੈਸ ਵਾਲਾ ਇਹ ਪੀਸ ਹੈਗਾ ਵਾ ਬਹੁਤ ਪਿਆਰਾ ਪੀਸ ਹੋਏਗਾ ਜੀ ਇਹ ਹੈਗਾ ਜੀ ਡਿਜ਼ਾਈਨ ਨੰਬਰ 1 ਹੋਏਗਾ ਔਰ ਰੇਂਜ ਹੋਏਗੀ 11540 ਦੀ ਰੇਂਜ ਦੇ ਅੰਦਰ ਆਏਗਾ 11540 ਓਨਲੀ 4 ਆਰਟੀਕਲ ਨੰਬਰ 1 ਤਾਂ ਪਲੀਜ਼ ਦੱਸਿਓ ਵੀਡੀਓ ਕਿਸ ਤਰ੍ਹਾਂ ਓਕਰ ਫੋਰ ਆ ਰਹੀ ਵੀਡੀਓ ਤੇ ਇੱਕ ਆਏਗਾ ਜੀ ਪਿਓਰ ਗਾਵਾਡਨ ਸਿਲੈਕਟ ਹੋਏਗਾ ਸਸਤਰ ਜੀ ਆਰਟੀਕਲ ਨੰਬਰ 2 ਹੋਏਗਾ ਬਹੁਤ ਹੀ ਪਿਆਰਾ ਤੇ ਇਹ ਸਾਰਾ ਕਟਵੋਕ ਕੀਤਾ ਆਇਆ ਵਸ ਤੁਸੀਂ ਕੰਮ ਦੀ ਨੀਟਨੈਸ ਦੇ ਸਕਦੇ ਕਿੰਨੀ ਪਿਆਰੀ ਹੈਗੀ ਆ ਕਿ ਸਭ ਤੋਂ ਪਿਆਰਾ ਇਹਦਾ ਵੋਕ ਆ ਕਿ ਸਾਰਾ ਦਬਕੇ ਦਾ ਤੇ ਕਟਕੀ ਦਾ ਇਹਦੇ ਵੋਕ ਸਿਰ ਹੋਇਆ ਬਹੁਤ ਹੀ ਸ਼ਾਨਦਾਰ ਵੋਕ ਹੋਏਗਾ ਉਰੇ ਪੁਰਾ ਸ ਆਪਣਾ ਪੈਨਲ ਸਟਾਈਲ ਬਣਿਆ ਹੋਇਆ ਵਾ ਔਰ ਇਹ ਪਿਓਰ ਗਾਵਰਡਨ ਸਿਲਕ ਚ ਪੀਸ ਹੋਏਗਾ ਜੀ ਪਿਓਰ ਗਾਵਰਡਨ ਸਿਲਕ ਚ ਆਹ ਲੋ ਜੀ ਇਸ ਤਰ੍ਹਾਂ ਦੁਪੱਟਾ ਆਏਗਾ ਜੀ ਬਹੁਤ ਹੀ ਪਿਆਰਾ ਔਰ ਇਹਦੇ ਫੋਰ ਸਾਈਡ ਐਮਬ੍ਰੋਇਡਰੀ ਕੀਤੀ ਹੋਈ ਹੈ ਬਹੁਤ ਹੀ ਪਿਆਰੀ ਲੁੱਕ ਬਹੁਤ ਸੋਹਣੀ ਹੈਗੀ ਅਜੀ ਇਹਦੀ ਤੇ ਇਸ ਤਰ੍ਹਾਂ ਆਏਗਾ ਜੀ ਸਾਰਾ ਸ਼ੇਡਿੰਗ ਸਟਾਈਲ ਦੁਪੱਟਾ ਆਏਗਾ ਜੀ ਦਾ ਬਹੁਤ ਹੀ ਬਿਊਟੀਫੁਲ ਦੁਪੱਟਾ ਹੋਏਗਾ ਫੋਰ ਸਾਈਡ ਬਾਰਡਰ ਕੀਤਾ ਹੋਇਆ ਕੰਮ ਇਹਦਾ ਸਾਰਾ ਕਟਵੋਕ ਕੀਤਾ ਹੋਇਆ ਬਹੁਤ ਹੀ ਅਲਟੀਮੇਟ ਲੁੱਕ ਦਾ ਪੀਸ ਹੋਏਗਾ ਜੀ ਤੇ ਇਹ ਆਲ ਓਵਰ ਸੂਟ ਆ ਜੀ ਪਿ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਬਲੂਚੀ ਡਾਈੰਗ ਦੇ ਅੰਦਰ ਇਹ ਦੁਪੱਟੇ ਸਟਾਰਟਿੰਗ ਕੀਤੀ ਗਈ ਹੈ ਬਹੁਤ ਹੀ ਪਿਆਰੀ ਔਰ ਇਹ 컬러 ਆਏਗਾ ਜੀ ਫਰੋਜ਼ੀ ਪਿਓਰ ਗਾਵਰਡਨ ਸਿਲਕ ਦਾ ਇਹ 컬러 ਫਰੋਜ਼ੀ ਹੋਏਗਾ ਜੀ 22480 22480 ਓਨਲੀ 4 22480 ਦੀ ਰੇਂਜ ਹੋਏਗਾ ਜੀ ਡਿਜ਼ਾਈਨ ਨੰਬਰ 2 ਤੇ ਅਗਲਾ ਆਏਗਾ ਜੀ ਪਿਓਰ ਔਰਗੈਂਜ਼ਾ ਦਾ ਆਏਗਾ ਚਾਰ ਕੁੱਲ ਗ੍ਰੇ ਕਲਰ ਸਭ ਤੋਂ ਪਹਿਲਾਂ ਦਾ ਕਲਰ ਹੀ ਬੜਾ ਸਮਾਰਟ ਹੈਗਾ ਚਾਰ ਕੁੱਲ ਗ੍ਰੇ ਕਲਰ ਦਾ ਸਿਸਟਰ ਜੀ ਸਾਰੇ ਤੇ ਪੈਨਲ ਹੀ ਬਣਿਆ ਸਾਈਡ ਤੇ ਵਰਕ ਹੋਏਗਾ ਦਬਕੇ ਦਾ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਇਕਦਮ ਸਮਾਰਟ ਵਰਕ ਕੀਤਾ ਹੋਇਆ ਦਬਕੇ ਦੀ ਕੁਟਕੀ ਦਾ ਵਰਕ ਹੋਏਗਾ ਪੂਰਾ ਇਸ ਤਰ੍ਹਾਂ ਪੈਨਲ ਬਣਿਆ ਬਹੁਤ ਪਿਆਰਾ ਸਾਈਡ ਤੇ ਵਰਕ ਕੀਤਾ ਹੋਇਆ ਨਾਲ ਬਾਜ਼ੂ ਬਹੁਤ ਸੋਹਣੀ ਹੈਗੀ ਔਰ ਕੰਮ ਦੀ ਨੀਟਨੈਸ ਤੁਸੀਂ ਦੇਖ ਸਕਦੇ ਹੋ ਔਰ ਇਹਦਾ ਵਰਕ ਦੇਖ ਸਕਦੇ ਹੋ ਕਿੰਨਾ ਨੀਟਨ ਕਲੀਨ ਵਰਕ ਕੀਤਾ ਹੋਇਆ ਤੇ ਪਲੱਸ ਨਾਲ ਦੁਪੱਟਾ ਦੇਖੋ ਸਿੱਤਰੀ ਦਾ ਵੈਰੀ ਨਾਈਸ ਬਹੁਤ ਹੀ ਲਾਜਵਾ ਪੀਸ ਹੈਗਾ ਬਹੁਤ ਪ੍ਰੋਪਰਲੀ ਪਿਓਰ ਪਿੱਟਾ ਸਭਿਆ ਸੱਚੀ ਦਾ ਇਹ ਪੀਸ ਦਾ ਬਹੁਤ ਹੀ ਪਿਆਰਾ ਸ਼ਾਰਟ ਆਰਗੈਂਜ਼ਾ ਦੀ ਕ੍ਰੇਪ ਦੀ ਬਾਟਮ ਔਰ ਦਿਸ ਇਜ਼ ਅ ਬਿਊਟੀਫੁਲ ਦੁਪੱਟਾ ਇਹ ਹੈਗਾ ਜੀ ਡਿਜ਼ਾਈਨ ਨੰਬਰ 3 ਹੋਈਗਾ ਦਾ ਅੱਜ ਦੀ ਵੀਡੀਓ ਦਾ ਔਰ ਰੇਂਜ ਹੋਈ ਕੀ 13190 ਜਿਵੇਂ ਘਰ ਚ ਫੈਮਿਲੀ ਫੰਕਸ਼ਨ ਆ ਖੁਦ ਦੀ ਵਿਡਿੰਗ ਆ ਕਿਸੇ ਵੀ ਓਕੇਸ਼ਨ ਤੇ ਵੇਅਰ ਕਰਨਾ ਮ ਕੋਈ ਟੂਰੋਵਾਸੀ ਸ਼ੋਪਿੰਗ ਕਰਨੀ ਆ ਤਾਂ ਸਾਰੇ ਦੇ ਸਾਰੇ ਆਰਟੀਕਲ ਨੰਬਰ 1 ਹੋਣ ਵਾਲੇ ਨੇ ਕਿਉਂਕਿ ਸਭ ਨੂੰ ਪਤਾ ਵਾ ਕਿ ਵਿਡਿੰਗ ਸੀਜ਼ਨ ਚੱਲਦਾ ਪਿਆ ਵਾ ਪ੍ਰੋਪਰ ਹਰ ਕਸਟਮਰ ਨੂੰ ਡਿਮਾਂਡ ਹੈਗੀ ਆ ਅੱਛੇ ਡਿਜ਼ਾਈਨਰ ਬ੍ਰਾਂਡ ਸੂਟ ਦੀ ਤੇ ਇੱਕ ਹੈਗਾ ਜੀ ਲਵੰਡਰ ਕਲਰ ਦੇ ਅੰਦਰ ਜੀ ਔਰ ਇਹ ਟਿਸ਼ੂ ਫੈਬਰੀ ਹੋਏਗਾ ਟਿਸ਼ੂ ਲਾਜ਼ਾ ਫੈਬ੍ਰਿਕ ਹੈਗਾ ਵਾ ਇਹਦੇ ਪਸਾਰਾ ਦੇਖੋ ਕੰਮ ਦੇਖੋ ਸਾਰਾ ਪਾਲ ਵੋਕ ਆ ਕਸਰ ਦਾ ਵੋਕ ਸੇ ਲਿਆ ਆਇਆ ਵਾ ਔਰ ਇਸ ਤਰਾ ਪੈਨਲ ਬਣਿਆ ਬਹੁਤ ਪਿਆਰਾ ਸੀਕਵੈਂਸ ਜਿਲੀ ਹੋਈ ਆ ਆਸ ਸਾਈਡ ਤੇ ਬਾਜ਼ੂ ਬਹੁਤ ਸੋਹਣਿਆ ਕੰਮ ਦੇਖੋ ਜੀ ਦਾ ਬਾਜ਼ੂ ਹੀ ਬਹੁਤ ਸੋਹਣੇ ਨੇ ਔਰ ਦੁਪੱਟਾ ਦੇਖੋ ਕਿੰਨਾ ਪਿਆਰਾ ਵਾ ਇਹ ਹੈਗਾ ਜੀ ਪ੍ਰੋਪੋ ਫੋਰ ਸਾਈਡ ਇਹਦੇ ਤੇ ਬਾਰਡਰ ਹੋਏਗਾ ਬਹੁਤ ਹੀ ਪਿਆਰਾ ਕੰਮ ਦੇਖੋ ਜੀ ਦਾ ਵੈਰੀ ਨਾਈਸ ਬਹੁਤ ਹੀ ਅਲਟੀਮੇਟ ਜੀ ਸਾਰੇ ਪੌਲ ਦੀ ਟੱਚਿੰਗ ਕੀਤੀ ਹੋਈ ਹੈ ਸਾਰੇ ਟਾਸਸ ਲੱਗੇ ਹੋਏ ਨੇ ਉਹ ਲੁੱਕ ਵਾਕਮੈਨਸ਼ਿਪ ਬਹੁਤ ਹੀ ਪਿਆਰੀ ਹੈਗੀ ਇਹਦੀ ਤੇ ਕੰਮ ਦੇਖੋ ਸਾਰਾ ਜੀ ਦਾ ਪੌਲਸ ਕਸਵ ਦਬਕਾ ਜੋ ਅੱਜ ਕੱਲ ਲੇਟਸ ਚੱਲਦੇ ਨੇ ਘਰ ਦੇ ਫੈਮਿਲੀ ਫੰਕਸ਼ਨਾਂ ਖੁਦ ਹੀ ਵਿਡਿੰਗਾਂ ਹਰ ਓਕੇਜਨ ਤੁਸੀਂ ਵੇਅਰ ਕਰ ਸਕਦੇ ਹੋ ਇਹ ਹੈਗਾ ਜੀ ਡਿਜ਼ਾਈਨ ਨੰਬਰ ਆਏਗਾ 4 ਔਰ ਰੇਂਜ ਹੋਏਗੀ 13170 ਦੀ ਰੇਂਜ 13170 ਓਨਲੀ 4 13170 ਤੇ ਨੈਕਸਟ ਆਏਗਾ ਜੀ ਪੀਕੋ ਕਲਰੰਦਰ ਆਏਗਾ ਕਰੇਪ ਦਾ ਸੂਟ ਹੋਏਗਾ ਪਿਓਰ ਸਰਵੋਸਕੀ ਵਰਕ ਹੋਏਗਾ ਜੀ ਪਿਓਰ ਲੇਸ ਇਸ ਦਾ ਵਰਕ ਕੀ ਤਾਂ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਹੀ ਕਲਾਸੀ ਵਰਕ ਹੋਏਗਾ ਤੁਸੀਂ ਕੰਮ ਦੀ ਨੀਟਨੈਸ ਦੇ ਸਾਲਫ ਮੈਚਿੰਗ ਕੋਈ ਵੀ ਇਹ 골ਡ ਵਰਕ ਨਹੀਂ ਸਿਲਵਰ ਵਰਕ ਨਹੀਂ ਦਿਸ ਇਸ ਦਾ ਬਿਊਟੀਫੁਲ ਸੂਟ ਹੋਏਗਾ ਜੀ ਇਹ ਵਾਲਾ ਕਿਉਂਕਿ ਸਾਰਾ ਸਰਵੋਸਕੀ ਦਾ ਵਰਕ ਹੈਗਾ ਬਹੁਤ ਹੀ ਅਲਟੀਮੇਟ ਲੁੱਕ ਦਾ ਪੀਸ ਹੋਏਗਾ ਜੀ ਦਾ ਤੁਸੀਂ ਕੰਮ ਦੇਖ ਸਕਦੇ ਹੋ ਔਰ ਕਲਾਸੀ ਲੁੱਕ ਹੋਏਗਾ ਕਲਾਸੀ ਜੀ ਔਰ ਦੁਪੱਟਾ ਦਿਖਾਵਟ ਦਾ ਦੁਪੱਟਾ ਆਏਗਾ ਜੀ 4 ਸਾਈਡ ਬਾਰਡਰ ਹੈਗਾ ਵਾ ਸਾਰਾ ਸਰਵੋਸਕੀ ਬਹੁਤ ਸੋਹਣੀ ਹੈਗੀ ਆ ਸਾਰਾ ਲੇਸਿਸ ਵਰਕ ਹੋਏਗਾ ਆ ਲੋ ਕੰਮ ਦੇਖੋ ਜੀ ਤਾਂ ਕਿੰਨਾ ਪਿਆਰਾ ਹੋਆ ਚੱਕਰੀ ਕਿਤਾ ਪਹਿਲਾਂ ਆ ਲੋ ਇਹ ਆਗਾ ਜੀ 4 ਸਾਈਡ ਬਾਰਡਰ ਦੇ ਨਾਲ ਆਏਗਾ ਜੀ ਤੁਸੀਂ ਵਰਕਮੈਨਸ਼ਿਪ ਦੇਖੋ ਕਿੰਨੀ ਪਿਆਰੀ ਹੋਈ ਸਾਰਾ ਵਰਕ ਬਹੁਤ ਸੋਹਣਾ ਸਾਰਾ ਕਰੇਵ ਦੇ ਉੱਪਰ ਇਹ ਪੀਸ ਹੋਏਗਾ ਔਰ 4 ਸਾਈਡ ਬਾਰਡਰ ਹੈਗਾ ਬਹੁਤ ਪਿਆਰਾ ਗ੍ਰਾਮ ਵੀ ਬਹੁਤ ਸੋਨਾਵਾ ਸੈਲਵ ਮੈਚਿੰਗ ਆ ਕਰੇਬ ਦਾ ਸੂਟ ਆ 올ਓਵਰ 5 ਮੀਟਰ ਦਾ ਨਾਲ ਦੁਪੱਟਾ 60 ਗ੍ਰਾਮ ਪਿਓਰ ਜੁੜਦਾ ਫੈਬਰਿਕ ਦੁਪੱਟਾ ਹੋਏਗਾ ਜੀ ਦਾ ਤੇ ਦੇਖਸੋ ਦੁਪੱਟੇ ਦੀ ਲੁੱਕ ਲਿਖਨੀ ਪਿਆਰੀ ਹੈਗੀ ਜੀ ਪ੍ਰੋਪਰ ਆਸਮ ਕਲਾਸ ਪੀਸ ਹੋਏਗਾ ਸਿਸਟਰ ਜੀ ਆਸਮ ਕਲਾਸ ਪੀਸ ਇਹ ਹੈਗਾ ਜੀ ਸਾਡਾ ਡਿਜ਼ਾਈਨ ਨੰਬਰ ਹੋਏਗਾ 5 ਔਰ ਰੇਂਜ ਹੋਏਗੀ 12330 ਦੀ ਰਿੰਦ ਦੇ ਜੀ 12330 ਦੀ ਰੇਂਜ ਆ ਡਿਜ਼ਾਈਨ ਨੰਬਰ 5 ਹੋਏਗਾ ਜੀ 12330 ਦੀ ਰੇਂਜ ਦੇ ਅੰਦਰ ਜੀ ਲਓ ਜੀ ਨੈਕਸਟ ਆਰਟੀਕਲ ਦਿਖਾਓ ਲੋ ਜੀ ਨੈਕਸਟ ਟੁੜਕਾ ਆਏਗਾ ਜੀ ਇਹ ਆਏਗਾ ਜੀ ਗਡਵਾਲ ਟਿਸ਼ੂ ਜੀ ਜਿਹਨੂੰ ਅਸੀਂ ਸ਼ਿਮਰ ਸਲਵੀ ਬੋਲਦੇ ਹਾਂ ਅੱਜਕੱਲ ਇਹ ਉਹ ਫੈਬਰਿਕ ਹੈਗਾ ਵਾ ਕੰਮ ਦੇਖੋ ਕਿੰਨਾ ਪਿਆਰਾ ਦਾ ਸਾਰਾ ਨੀਚੇ ਨੋਟਵਰਕ ਕਿਤੋਂ ਹੈ ਵਾ ਇਹਦੇ ਬ ਕੋ ਗ੍ਰੀਨ ਕਲਰ ਦੇ ਗੋਰਲ ਕਲਰ ਦੇ ਤਰ੍ਹਾਂ ਨੋਟ ਸਿਲੇ ਹੋਏ ਨੇ ਬਹੁਤ ਪਿਆਰੇ ਔਰ ਆ ਆਏਗਾ ਜੀ ਪੂਰਾ ਪੈਨਲ ਸਟਾਈਲ ਦਾ ਫਰੰਟ ਪੈਨਲ ਆਏਗਾ ਸਾਈਡ ਤੇ ਬਾਜੂ ਬਹੁਤ ਸੋਹਣੇ ਆ ਕੰਮ ਦੇਖੋ ਜੀ ਦਾ ਕੀ ਬਾਤ ਹੈ ਜੀ ਬਟੇ ਦੇ ਚਾਰੇ ਕੋਰਨਰ ਸਟਿੱਕ ਕੀਤੇ ਹੋਏ ਨੇ ਬਹੁਤ ਪਿਆਰੇ ਡਸਟੀ ਪੀਚ ਕਲਰ ਜੀ ਸ਼ਰਟ ਸਿਮਰ ਸੈਲੈਕਤੀ ਹੋਏਗੀ बॉटम क्रेप दी ਹੋਏਗੀ ਦੁਪੱਟਾ ਵੀ ਸੇਮ ਫੈਬਰਿਕ ਦਾ ਵਾ ਔਰ ਡਿਜ਼ਾਈਨ ਨੰਬਰ 6 ਹੈਗਾ ਜੀ ਬਲਾ ਔਰ ਰੇਂਜ ਹੋਏਗੀ 15500 ਦੀ ਰੇਂਜ ਨੇ 15500 ਓਨਲੀ ਫੋਰ ਔਰ ਨੈਸਪੀਰ ਦਿਖਾ ਜਰਾ ਬਹੁਤ ਹੀ ਪਿਆਰਾ ਡੀਐਸਏ ਬ੍ਰਾਂਡ ਸਿਸਟਰ ਜੀ ਅਗਰ ਤੁਸੀਂ ਕੋਈ ਪੀਸ ਦੀ ਡਿਮਾਂਡ ਕਰਦੇ ਹੋ ਤਾਂ ਇਹ ਪੀਸ ਨੂੰ ਮਿਸ ਨਾ ਕਰਿਓ ਥਿਸ ਇਸ ਅ ਬਿਊਟੀਫੁਲ ਪੀਸ ਹੈਗਾ ਵਾ एकदम ਲੇਟੈਸਟ ਪੀਸ ਹੈ ਜਰਾ ਦੇਖੋ ਸਰ ਦਬਕੇ ਦਾ ਕੰਮ ਸਰ ਪਿੱਟਾ ਹੋ ਗਾ ਜੀ ਇਹਦਾ ਅ ਰੈਜੀonal ਸੱਭਿਆਚਾਰੀ ਦਾ ਪੀਸ ਹੈਗਾ ਬਾ ਪ੍ਰੋਪਰ ਇਹਦੇ ਪਤੋਂ ਦੇਖੇਗਾ ਪ੍ਰੋਪਰਲੀ ਗੋਲਡ ਕਲਰ ਦਾ ਪੂਰਾ ਪਿੱਟੇ ਦਾ ਕੰਮ ਦੇਖਣ ਨੂੰ ਮਿਲੇਗਾ ਜੀ ਆ ਆ ਮਿਲੇਗਾ ਨੈਕ ਲਾਈਨ ਮਿਲੇਗਾ ਬਹੁਤ ਪਿਆਰਾ ਆ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਹੈਗੇ ਨੇ ਔਰ ਕੰਮ ਦੇਖੋ ਜੀ ਦੋ ਹਲੋ ਆ ਇਹ ਗਾਲ ਦੁਪੱਟਾ ਆਇਆ ਸਸਤਰ ਜੀ ਫੋਰ ਸਾਈਡ ਐਮਬ੍ਰੋਇਡਰੀ ਹੈਗੀ ਆ ਤੇ ਇਹਦੇ ਪਤੋਂ ਦੇਖ ਸਕਦੇ ਬੋਟੀ ਬਹੁਤ ਸੋਹਣੀ ਸਿਲੀ ਹੋਈ ਆ ਔਰ ਕੰਮ ਦੇਖੋ ਜੀ ਦੋ ਵੈਰੀ ਨਾਈਸ ਇਹ ਹੈਗਾ ਜੀ ਡਸਟੀ ਗ੍ਰੀਨ ਕਲਰ ਜੀ ਬਹੁਤ ਪਿਆਰਾ ਗ੍ਰੀਨ ਹੈਗਾ ਜੀ ਲਾ ਅਲਟੀਮੇਟ ਗ੍ਰੀਨ ਲੁੱਕ ਦਾ ਪੀਸ ਹੋਏਗਾ 17500 ਦੀ ਰੇਂਜ ਮੈਂ ਦੁਬਾਰਾ ਦਿਖਾ ਰਿਹਾ ਹਾਂ ਵਰਕਮੈਨਸ਼ਿਪ ਥਿਸ ਇਜ਼ ਅ ਸੁਪਰ ਆਰਟੀਕਲ ਸਿਸਟਰ ਜੀ ਬਹੁਤ ਪਿਆਰਾ ਆਰਟੀਕਲ ਹੈਗਾ ਵਾ ਔਰ ਲਾਜਵਾਬ ਆਰਟੀਕਲ ਹੈਗਾ ਵਾ 17500 ਦੀ ਰੇਂਜ ਹੈਗਾ ਜੀ ਡਿਜ਼ਾਈਨ ਨੰਬਰ 7 ਜੀ ਲੋ ਜੀ ਅਗਲਾ ਆਏਗਾ ਜੀ ਸਾਰਾ ਡਿਜ਼ਾਈਨ ਨੰਬਰ 8 ਆਏਗਾ ਜੀ ਬਹੁਤ ਪਿਆਰਾ ਪੀਸ ਹੈਗਾ ਸਾਰਾ ਸ਼ੈਡੋ ਦਾ ਵਾਕ ਬਹੁਤ ਸੋਹਣਾ ਵਾ ਦਬਕੇ ਦੀ ਸੈਟਿੰਗ ਬਹੁਤ ਸੋਹਣੀ ਹੈਗੀ ਔਰ ਲੁੱਕ ਦੇਖੋ ਕਿੰਨੀ ਪਿਆਰੀ ਹੈਗੀ ਆ ਫਿਰ ਉੱਪਰ ਸ਼ੈਡੋ ਦੇ ਉੱਪਰ ਪੀਸ ਹੈਗਾ ਵਾ ਸਾਰਾ ਥ੍ਰੈਡ ਵਰਕ ਆ ਲੁੱਕ ਬਹੁਤ ਸੋਹਣੀ ਹੈਗੀ ਆ ਸਾਈਡ ਸੇ ਵਾਕ ਬਹੁਤ ਸੋਹਣਾ ਇਹ ਵੀ ਆਏਗਾ ਜੀ ਸ਼ਿਮਰ ਸਿਲਕ ਦੇ ਉੱਤੇ ਔਰ ਇਹਦੀ ਰੇਂਜ ਬਹੁਤ ਜੈਨੂਨ ਆ प्रॉपर ब्रांड का सूट है येलो दे कलर के उपर हल्के हल्के पिंक कलर वाइन कलर इस तरह के थ्रेड यूज किए गए सिस्टर जी और दुपट्टा आएगा सी सारा चिनोन शिफोन द पोल टचिंग नाल करेब की बॉटम और दिस इज़ द ब्यूटीफुल पीस आर्टिकल नंबर एट होएगा जीला लो जी रेंज होएगी इलेवन थाउजेंड एंड फिफ्टी रुपीज़ ओनली फोर ग्यारह जीरो पाँ जी ਔਰ ਅਗਲਾ ਆਰਟੀਕਲ ਆਏਗਾ ਜੀ ਪਿਓਰ ਜਪਾਨੀਸ ਨੈਟ ਦੇ ਉੱਤੇ ਆਰਟੀਕਲ ਆਏਗਾ ਸਾਰਾ ਨੀਚੇ ਥ੍ਰੈਡ ਵੋਕ ਕੀਤਾ ਗਿਆ ਵਾ ਚਾਰਕਲ ਗਰੇ ਦੇ ਉੱਤੇ ਉਹਦੇ ਉੱਪਰ ਸਾਰਾ ਵੋਕ ਆਏਗਾ ਸਾਰਾ ਹੈਂਡ ਕਟਦਾਨੇ ਦੇ ਨਾਲ ਇਹ ਵੀ ਬਹੁਤ ਪਿਆਰਾ ਡਬਲ ਡੀਐਸ ਸੇ ਮਾਰ ਕੇ ਦਾ ਪੀਸ ਹੋਏਗਾ ਜੀ ਤੁਸੀਂ ਵੋਕ ਦੇਖੋ ਜੀ ਦਾ ਆਪਣੇ ਕੋ ਬਹੁਤ ਸੂਟਸ ਹੋਣਗੇ ਥਿਸ ਇਜ਼ ਦਾ ਬਿਊਟੀਫੁਲ ਸੂਟ ਹੈਗਾ ਜੀ ਇਹਲਾ ਆ ਪ੍ਰੋਪਰ ਨੈਟ ਦੇ ਉੱਪਰ ਬਣਿਆ ਹੋਇਆ ਪੀਸ ਹੈਗਾ ਵਾ ਸਾਰਾ ਪੌਲ ਵੋਕ ਵੀ ਬਹੁਤ ਸੋਹਣਾ ਵਾ ਨੀਚੇ ਬਾਰਡਰ ਬਹੁਤ ਸੋਹਣਾ ਮਾ ਔਰ ਇਸੇ ਤਰ੍ਹਾਂ ਬੈਕ ਬਣੀ ਹੋਈ ਹੈ ਬਹੁਤ ਪਿਆਰੀ ਔਰ ਨਾਲ ਦੁਪੱਟਾ ਹੀ ਬਹੁਤ ਸੋਹਣਾ ਸਿਸਟਰ ਜੀ ਦੁਪੱਟਾ ਵੀ ਲਾਜ਼ਵਾਬ ਹੋਏਗਾ ਇਹਦਾ ਔਰ ਕਮ ਦੇਖੋ ਜੀ ਦਾ ਕੀ ਬਾਤ ਹੈ ਜੀ ਬਹੁਤ ਹੀ ਪਿਆਰਾ ਦੁਪੱਟਾ ਵਾ ਫੋਰ ਸਾਈਡ ਐਮਬ੍ਰੋਇਡਰੀ ਹੈਗੀ ਸਿਸਟਰ ਜੀ ਨਾਲ ਬੂਟੀ ਬਹੁਤ ਸੋਹਣੀ ਬਣੀ ਹੋਈ ਆ ਔਰ ਇਹ ਹੈਗਾ ਜੀ ਡਿਜ਼ਾਈਨ ਨੰਬਰ 9 ਹੋਏਗਾ ਸਿਸਟਰ ਔਰ ਰੇਂਜ ਹੋਏਗੀ 9535 9 9535 ਦੀ ਰੇਂਜ ਹੋਏਗਾ ਜੀ ਸਾਡਾ ਬ੍ਰਾਂਡ ਦਾ ਸੂਟ ਆ ਜੀ ਡਬਲ ਡੀਐਸਏ ਮਾਰਕਾ ਔਰ ਅਗਲਾ ਆਏਗਾ ਜੀ ਸੀਮਰਸ ਨਾਲ ਲੱਗਦੇ ਹੋਤੇ ਆਏਗਾ ਜੀ ਚੈਂਪੀਅਨ 골ਡ ਕਲਰ ਸਭ ਤੋਂ ਵੱਡੀ ਕਲਾ 골ਡ ਕਲਰ ਦੀ ਹੀ ਬੜੀ ਅੱਛੀ ਲੁੱਕ ਆ ਰਹੀ ਆ ਉਹਦੇ ਉੱਪਰ 골ਡ ਟੂ 골ਡ ਵਰਕ ਕੀਤਾ ਹੋਇਆ ਵਾ ਸਾਰਾ ਦੇਖੋ ਸਾਰਾ ਕੜਦਾਨਾ ਵੀ ਆ ਨਕਸ਼ੀ ਵੀ ਸਲੀ ਹੋਈ ਆ ਦਬਕਾ ਵੀ ਸਲੀ ਹੋਇਆ ਵਾ ਸਾਈਡ ਤੇ ਬਾਜ਼ੂ ਬਹੁਤ ਪਿਆਰੇ ਕੀਤੇ ਹੋਏ ਨੇ ਔਰ ਤੁਸੀਂ ਦੀ ਵਰਕਮੈਨਸ਼ਿਪ ਦੇਖ ਸਕਦੇ ਹੋ ਆ ਦੇਖੋ ਟੋਟਲ ਸਿੰਗਲ ਸੁਈਦਾ ਵਾਕਾ ਟੋਟਲ ਸਿੰਗਲ ਸੁਈਦਾ ਵਾਕ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾ ਜੀ ਰਵਿੰਦਰ ਕੋਰ ਜੀ ਸੁਨੀਤਾ ਨੇਗੀ ਜੀ ਰਿਤੂ ਜੈਨ ਜੀ ਮਨਾਕਸ਼ੀ ਸ਼ਰਮਾ ਹੋਰ ਦਬੱਟਾ ਦੇ ਕੋਸਿਸਟਰ ਜੀ ਸਾਰਿਆਂ ਨੂੰ ਦਿਲ ਤੋਂ ਧੰਨਵਾਦ ਤੇ ਸਾਰਿਆਂ ਨੂੰ ਗੁੱਡ ਈਵਨਿੰਗ ਤੇ ਪਲੀਜ਼ ਵੀਡੀਓ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕਿਉਂਕਿ ਇਹ ਵੀਡੀਓ ਹਰ ਪਰਸਨ ਤੱਕ ਪਹੁੰਚ ਸਕੇ ਆ ਦੇਖੋ ਜੀ ਕੰਮ ਦੇਖੋ ਸਿਸਟਰ ਦੇ ਦਾ ਦੁਪट्टे ਦੇ ਵੀ ਫੋਰ ਸਾਈਡ embroidery ਕੀਤੀ ہوئی ਆ shading style ਦਾ ਦੁਪੱਟਾ ਬਣਿਆ ਬਹੁਤ ਪਿਆਰਾ ਔਰ ਇਹ ਆਏਗਾ ਜੀ ਡਿਜ਼ਾਈਨ ਨੰਬਰ 10 ਹੋਏਗਾ ਸਿਸਟਰ ਜੀ ਔਰ ਰੇਂਜ ਹੋਏਗੀ 13950 ਜੀ 13950 only for ਔਰ ਨੈਕਸਟ ਆਰਟੀਕਲ ਆਏਗਾ ਜੀ ਸਰ ਆ ਪਿਓਰ थ्रेड ਵਰਕ ਇਹ ਮੇਰਾ ਬਹੁਤ ਹੀ ਪਿਆਰਾ ਕਲਰ ਆ ਸਿਸਟਰ ਜੀ ਦਾ ਇਹਦਾ ਵਰਕ ਬਹੁਤ ਸੋਹਣਾ ਵਾ ਔਰ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਹੀ ਸੋਧਿੰਗ ਵਰਕ ਕਿੱਤਾ ਹੈ ਵਾ ਸਿਰਫ 60 ਗ੍ਰਾਉਂਡ ਦਾ ਫੈਬਰਿਕ ਹੈ ਸਿਸਟਰ ਜੀ ਇਹਦੇ ਪਸਾਰਾ ਨੈਟ ਕਰਕੇ ਸਾਰਾ ਥ्रेड ਵਰਕ ਕੀਤਾ ਗਿਆ ਪੋਲਸ ਦਾ ਕੰਮ ਕੀਤਾ ਗਿਆ ਵਾ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਆ ਔਰ ਇਸੇ ਤਰ੍ਹਾਂ ਦੀ ਬੈਗ ਬਣੀ ਹੈ ਬਹੁਤ ਪਿਆਰੀ ਲੁੱਕ ਬਹੁਤ ਸੋਹਣੀ ਹੈਗੀ ਆ ਨਾਲ ਦੁਪੱਟਾ ਇਹਦਾ ਬਹੁਤ ਅਮੇਜ਼ਿੰਗ ਦੁਪੱਟਾ ਹੈਗਾ ਵਾ ਆ ਦੇਖੋ ਦੁਪੱਟਾ ਦਿਖਾਣਾ ਸਿਸਟਰ ਜੀ ਮੈਂ ਆਦਾ ਹਲੋ ਦਬੱਤੇ ਦੇ ਫੂਡ ਸਾਈਡ ਐਮਬ੍ਰੋਇਡਰੀ ਕੀਤੀ ਗਈ ਹੈ ਸਾਰੀ ਥ्रेड ਵਰਕ ਦੀ ਔਰ ਕੰਮ ਦੇਖੋ ਜੀ ਦਾ ਵੈਰੀ ਨਾਈਸ ਦਿਸ ਇਜ਼ ਅ ਬਿਊਟੀਫੁਲ ਪੀਸ ਹੈਗਾ ਜੀ 60 ਗ੍ਰਾਮ ਦਾ ਫੈਬਰਿਕਾ ਉਹਦੇ ਉੱਪਰ ਨੈਟ ਪੈਚੇਸ ਕੀਤੀ ਹੋਈ ਹੈ ਉਹਦੇ ਉੱਪਰ ਥ्रेड ਵਰਕ ਕੀਤਾ ਹੋਇਆ ਔਰ ਇਹ ਹੈਗਾ ਜੀ ਬਹੁਤ ਹੀ ਅਲਟੀਮੇਟ ਲੁੱਕ ਦਾ ਪੀਸ ਹੋਏਗਾ ਪ੍ਰੋਪਰ 60 ਗ੍ਰਾਮ ਜੋੜ ਦੇ ਫੈਬਰਿਕ ਦੇ ਨਾਲ ਡਿਜ਼ਾਈਨ ਨੰਬਰ ਆਏਗਾ ਜੀ 11 ਔਰ ਰੇਂਜ ਹੋਏਗੀ 12640 ਜੀ 12000 640 ਰੁਪੀਸ ਓਨਲੀ ਫੋਰ ਆਰਟੀਕਲ ਨੰਬਰ 12 ਹੋਏਗਾ ਜੀ ਲਾਈਟ ਸੀ ਗ੍ਰੀਨ ਕਲਰ ਦੇ ਉੱਪਰ ਸਾਰਾ ਹੈਂਡ ਕਟਦਾਨੇ ਦਾ ਵਰਕ ਹੋਏਗਾ ਸਿੰਪਲ ਸੋਬਰ ਹੈਗਾ ਵਾ ਕਲਰ ਮੈਚਿੰਗ ਬਹੁਤ ਸੋਹਣੀ ਆ ਔਰ ਇਹ ਪਿਓਰ ਕਰੀਮ ਦੇ ਉੱਪਰ ਬਣਿਆ ਹੈ ਬਹੁਤ ਹੀ ਲੈਸ ਪ੍ਰਾਈਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਫਰ ਪ੍ਰਾਈਸ ਤੇ ਸੂਟ ਲਾਂਚ ਕੀਤਾ ਗਿਆ ਵਾ ਔਰ ਹਲਕਾ ਜਿਹਾ ਨੈਕ ਬਣਿਆ ਬਹੁਤ ਪਿਆਰਾ ਕੁਰਤਾ ਪੱਟੀ ਨੈਕ ਹੋਏਗਾ ਇਸ ਤਰ੍ਹਾਂ ਇਹਦਾ ਇਹਦਾ ਬਾਰਡਰ ਬਣਿਆ ਬਹੁਤ ਪਿਆਰਾ ਉਹ ਆਰਤੀ ਜਨਕ ਪੀਸ ਜਣਾ ਪਿੰਕ ਕਲਰ ਦਾ ਇਹੋ ਆਣਾ ਹਾਂ ਹਾਲੋ ਜੀ ਇਹ ਦੁਪੱਟਾ ਹੈਗਾ ਜੀ ਚਨਾਉਨ ਸ਼ਿਫੌਨ ਦਾ ਫੋਰ ਸਾਈਡ ਬਾਰਡਰ ਹੈਗਾ ਵਾ ਪ੍ਰੋਪਰ ਛੜੀਆਂ ਬਣੀਆਂ ਬਹੁਤ ਪਿਆਰੀਆਂ ਇਹਦੀਆਂ ਸਾਰਾ ਕਮਲ ਚਨਾਉਨ ਸ਼ਿਫੌਨ ਦੇ ਉੱਪਰ ਬਣਿਆ ਆਰਟੀਕਲ ਹੈਗਾ ਵਾ ਔਰ ਕੰਮ ਦੇਖੋ ਜੀ ਦਾ ਵੈਰੀ ਨਾਈਸ ਤੇ ਪਾਰਸਲ ਨਾਲ ਦੀ ਨਾਲ ਡਿਸਪੈਚ ਹੋ ਰਹੇ ਨੇ ਮੌਸਮ ਦੀ ਪੂਰੀ ਮੌਸਮ ਠੀਕ ਹੋ ਚੁੱਕਾ ਵਾ ਜੀ 2 ਤੋਂ 3 ਡੇਸ ਇੰਡੀਆ ਦੇ ਅੰਦਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਅੰਦਰ ਜੀ 10850 ਓਨਲੀ 4 ਆਰਟੀਕਲ ਨੰਬਰ 12 ਹੁਣ ਆਇਆਗਾ ਜੀ ਡਿਜ਼ਾਈਨ ਨੰਬਰ 13 ਇਹ ਆਇਆਗਾ ਜੀ ਪਿੰਕ ਕਲਰ ਜਾਏਗਾ ਬਹੁਤ ਹੀ ਪਿਆਰਾ ਕਲਰ ਆ ਜੀ ਸسٹر ਜੀ ਸਾਰਾ ਟੋਨ ਤੋਂ ਟੋਨ ਵਾਕ ਕੀਤਾ ਹੋਇਆ ਵਾ ਇਹਦੇ ਅੰਦਰ ਤੁਸੀਂ ਦੇਖ ਸਕਦੇ ਹੋ ਲੁੱਕ ਬਹੁਤ ਸੋਹਣੀ ਹੈਗੀ ਪੀਸ ਦੀ ਤੇ ਸਾਰਾ ਇਹਦਾ ਵਾਕ ਹੈਗਾ ਵਾ ਉਹਦੇ ਉੱਪਰ ਥਰਡ ਵਾਕ ਕੀਤਾ ਗਿਆ ਵਾ ਇਹਦੇ ਪਰ ਸੀਕਵੈਂਸਲੀ ਹੋਇਆ ਆ ਦਬਕੇ ਦੀ ਹੋਟਿੰਗ ਕੀਤੀ ਗਈ ਹੈ ਪੂਰਾ ਡਿਜ਼ਾਈਨਰ ਫਰੰਟ ਹੋਏਗਾ ਜੀ ਪ੍ਰੋਪਰ ਡਿਜ਼ਾਈਨਰ ਫਰੰਟ ਔਰ ਆਏਗਾ ਦੁਪੱਟਾ ਸਿਸਟਰ ਜੀ ਦੁਪੱਟੇ ਤੇ ਲਾਈਟ ਵਰ ਬਾਰਡਰ ਆ ਚਨੌਨ ਸ਼ਿਫੋਂ ਦਾ ਦੁਪੱਟਾ ਵਾ ਔਰ ਇਸ ਤਰ੍ਹਾਂ ਪੂਰਾ ਫਰੰਟ ਬਣਿਆ ਪੂਰਾ ਡਿਜ਼ਾਈਨਰ ਫਰੰਟ ਬਣਿਆ ਹੈ ਵਾ ਸਾਰਾ ਕਰੇਪ ਦੇ ਉੱਪਰ ਬਣਿਆ ਆਰਟੀਕਲ ਹੈਗਾ ਵਾ ਡਿਜ਼ਾਈਨ ਨੰਬਰ 13 ਆਇਆ ਹੈ ਸਭ ਦੀ ਰੇਂਜ 4 ਰੀਜ਼ਨੇਬਲ ਹੈ ਕਿ ਕਰੇਪ ਦੇ ਉੱਪਰ ਸਵਾ 5 ਮੀਟਰ ਦਾ ਫੈਬਰਿਕ ਹੋਏਗਾ ਨਾਲ ਦੁਪੱਟਾ ਕਮਲ ਚਨੌਨ ਸ਼ਿਫੋਂ ਦਾ ਕੁਆਲਿਟੀ ਦੇ ਨਾਲ ਕੋਈ ਕੰਪਰਮਾਈਜ਼ ਨਹੀਂ ਤੁਹਾਨੂੰ ਪਤਾ ਹੀ ਆ ਬਲਵੀ ਸਟੋਰ ਦਾ ਬ੍ਰਾਂਡ ਸਟੂਡੀਓ ਤੇ ਜੇ ਤੁਸੀਂ ਕਦੇ ਵਿਜ਼ਿਟ ਨਹੀਂ ਕੀਤਾ ਤੇ ਇੱਕ ਵਾਰੀ ਜੁਲ ਵਿਜ਼ਿਟ ਕਰੋ ਪੋਸਟ ਆਫ ਵਿਚੋਂਗ ਨੀਅਰ ਗੁਰਦੁਆਰਾ ਸਿੰਘ ਸਵਾ ਮਾਲ ਤੇ ਬਹੁਤ ਹੀ ਪਿਆਰਾ ਸੀਗਾ 12800 ਦੀ ਰੇਂਜ ਦੇ ਅੰਦਰ ਤੇ ਇੱਕ ਆਏਗਾ ਜੀ ਪਿਓਰ ਕਟਕੀ ਵਾਕ ਡਿਜ਼ਾਈਨਰ ਸਬਿਆ ਸਾਤੀ ਦਾ ਪੀਸ ਆਏਗਾ ਜੀ ਅਰੀਜਨਲ ਪੀਸ ਹੈਗਾ ਵਾ ਟੋਟਲ ਇਹਦੇ ਉੱਪਰ ਕੰਮ ਦੇਖੋਗੇ ਤਾਂ ਬਹੁਤ ਹੀ ਅੱਛਾ ਵਰਕ ਕੀਤਾ ਹੈ ਵਾ ਬਹੁਤ ਹੀ ਸੁੰਦਰ ਵਰਕ ਕੀਤਾ ਹੈ ਦਬਕੇ ਦੇ ਉੱਪਰ ਹੋਰੇ ਦੇ ਉੱਪਰ ਮਹਿਰੂਨ ਕਲਰ ਅਸਰਾ ਦੇ ਪੀਕਾਕਸ ਬਨੇ ਹੋਏ ਨੇ ਬਹੁਤ ਪਿਆਰੇ ਔਰ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਨੇ ਔਰ ਲੁੱਕ ਬਹੁਤ ਸੋਹਣੀ ਹੈ ਜੀ ਕੀ ਬਾਤ ਹੈ ਜੀ ਔਰ ਨਾਲ ਦੁਪੱਟਾ ਆਏਗਾ ਜੀ ਅਮੇਜ਼ਿੰਗ ਦੁਪੱਟਾ ਆਏਗਾ ਜੀ ਅਮੇਜ਼ਿੰਗ ਬਹੁਤ ਸੋਹਣਾ ਦੁਪੱਟਾ ਵਾ ਆਹ ਲੋ ਜੀ ਬਹੁਤ ਪਿਆਰਾ ਦੁਪੱਟਾ ਵਾ ਬਹੁਤ ਹੀ ਲੁੱਕ ਸਮਾਰਟ ਹੈਗੀ ਇਹਦੀ ਤੇ ਫੋਰਟ ਸਾਈਡ ਬਾਰਡਰ ਹੈਗੀ ਬਹੁਤ ਪਿਆਰਾ ਪਰ ਇਹ ਪਾਸ ਸਾਰਾ ਵਰਕ ਬਹੁਤ ਸੋਹਣਾ ਸੋਹਣਾ ਕੀਤਾ ਹੋਇਆ ਵਾ ਆ ਦੇਖੋ ਜੀ ਕਿਆ ਬਾਤ ਹੈ ਜੀ ਫੋਰਟ ਸਾਈਡ ਐਮਬ੍ਰੋਇਡਰੀ ਆ ਇਹ ਹੈਗਾ ਜੀ ਡਿਜ਼ਾਈਨਡ ਬੋ 14 ਹੈਗਾ ਸਸਤਾ ਜੀ ਚਾਰ ਕੁੱਲ ਗ੍ਰੇ ਕਰ ਲਾਈਟ ਗ੍ਰੇ ਕਲਰ ਹੋਏਗਾ ਜੀ 22480 22480 ਓਨਲੀ 4 ਜੀ 22000 480 ਦੀ ਰੇਂਜ ਦੇ ਅੰਦਰ ਆਏਗਾ ਜੀ ਆਰਟੀਕਲ ਨੰਬਰ 14 ਜੀ ਅਗਲਾ ਆਏਗਾ ਜੀ ਸਾਡਾ ਡਿਜ਼ਾਈਨਰ ਪੀਸ ਆ ਬਹੁਤ ਟਾਈਮ ਤੋਂ ਬਾਅਦ ਅਸੀਂ ਰਿਪੀਟ ਕਰ ਰਹੇ ਹਾਂ ਡਿਜ਼ਾਈਨ ਇਹ ਵਾਲਾ ਕਿਉਂਕਿ ਪ੍ਰੋਡਕਸ਼ਨ ਚ ਨਹੀਂ ਸੀਗਾ ਪ੍ਰੋਡਕਸ਼ਨ ਚ ਹੁਣ ਆ ਗਿਆ ਵਾ ਇਹ ਡਿਜ਼ਾਈਨਰ ਪੀਸ ਆ ਜੀ 4D ਸਟਾਈਲ ਹੈਗਾ ਵਾ ਸ਼ਰਟ ਦਾ ਫਰੰਟ ਹੋਏਗਾ ਪੌਪਲ ਕਲਰ ਦਾ ਜੀ ਕੰਮ ਦੇਖੋ ਜੀ ਇਹਦਾ ਵੈਰੀ ਨਾਈਸ ਔਰ ਬੈਕ ਹੋਏਗੀ ਔਰੇਂਜ ਕਲਰ ਦੀ ਜੀ ਵੈਰੀ ਨਾਈਸ ਯਾਨੀ ਕਿ ਫਰੰਟ ਵੀ ਸੇਮ ਆ ਬੈਕ ਵੀ ਸੇਮ ਆ ਬਟ ਫਰੰਟ ਪਰਪਲ ਕਲਰ ਦੀ ਆ ਬੈਕ ਔਰੇਂਜ ਕਲਰ ਦੀ ਆ ਔਰ ਬਾਜ਼ੂ ਇਹਦੇ ਹੈਗੇ ਨੇ ਹੌਟ ਪਿੰਕ ਕਲਰ ਦੇ ਜੀ ਕੀ ਬਾਤ ਹੈ ਜੀ ਥਿਸ ਇਜ਼ ਦਾ ਚੇਂਜਿੰਗ ਸਟਾਈਲ ਜੀ ਤੇ ਨਾਲ ਬਾਟਮ ਹੋਏਗੀ ਹੌਟ ਪਿੰਕ ਕਲਰ ਦੀ ਹਲੋ ਆ ਹੋਏਗਾ ਦੁਪੱਟਾ ਬਹੁਤ ਪਿਆਰਾ ਜਾਨੀ ਕਿ ਸ਼ੋਰ ਦਾ ਫਰੰਟ ਪਰਪਲ ਕਲਰ ਬੈਕ ਔਰੇਂਜ ਕਲਰ ਔਰ ਬਾਜ਼ੂ ਹੌਟ ਪਿੰਕ ਕਲਰ ਔਰ ਬਾਟਮ ਹੌਟ ਪਿੰਕ ਐਂਡ ਦੁਪੱਟਾ ਹੌਟ ਪਿੰਕ ਜੀ ਕੀ ਬਾਤ ਹੈ ਜੀ ਪੀਸ ਦੇਖੋ ਸਿਸਟਰ ਜੀ ਤੁਸੀਂ ਇਹਦੀ ਕੰਮ ਦੀ ਲੁੱਕ ਦੇਖ ਸਕਦੇ ਹੋ ਡਬਲ ਮਾਰਕ ਜਨਨ ਕਿ ਗੁੜਗਾਉਂ ਦੀ ਸਭ ਤੋਂ ਫੈਮਸ ਡਿਜ਼ਾਈਨਰ ਬਾਬੇਜੀਵ ਟਿੱਕ ਦਾ ਪੀਸ ਹੈਗਾ ਬਸੀ 17970 ਦੀ ਰੇਂਜ ਦੇ ਵਿੱਚ 17970 ਓਨਲੀ 4 ਔਰ ਇਹ ਨੈਕਸਟ ਆਰਟੀਕਲ ਆਏਗਾ ਜੀ ਬਲੈਕ ਕਲਰ ਦੇ ਅੰਦਰ ਆਏਗਾ ਬਹੁਤ ਹੀ ਪਿਆਰਾ ਪੀਸ ਔਰ ਇਹ ਆਏਗਾ ਜੀ ਸਾਰਾ ਦਬਕੇ ਦੇ ਨਾਲ ਕਟਕੀ ਦਾ ਵਾਕ ਹੋਏਗਾ ਇਹ ਵੀ ਸਾਰਾ ਗਰੇਬ ਡਸ਼ੀਨ ਤੇ ਬਣਿਆ ਹੋਇਆ ਆਰਟੀਕਲ ਹੈਗਾ ਵਾ ਔਰ ਤੁਸੀਂ ਦਾ ਵਾਕ ਲੈ ਸਕਦੇ ਹੋ ਇਹਦੇ ਪਾਸਾਰੇ ਹਲਕੇ ਹਲਕੇ ਐਂਕਰ ਸਿਲੇ ਹੋਏ ਨੇ ਸੀ ਗ੍ਰੀਨ ਕਲਰ ਕੋਰਲ ਕਲਰ ਇਸ ਤਰ੍ਹਾਂ ਦਾ ਫਰੰਟ ਬਣਿਆ ਬਹੁਤ ਹੀ ਪਿਆਰਾ ਤੁਸੀਂ ਦੀ ਵਾਕਮੈਸ਼ਿਪ ਦੇਖੋ ਔਰ ਇਹਦਾ ਪ੍ਰਾਈਸ ਦੇਖਿਓ ਬਹੁਤ ਹੀ ਜੈਨੂਇਨ ਪ੍ਰਾਈਸ ਆਇਟ ਤੇ ਬਾਜ਼ੂ ਤੇ ਸਿਸਟਰ ਜੀ ਬਾਰਡਰ ਹੋਏਗਾ ਔਰ ਦੁਪੱਟਾ ਹੋਏਗਾ ਜੀ ਚਿਨੌਨ ਸ਼ਿਫੋਨ ਕਮਲਦਾ ਜੀ ਵਾਓ ਤੁਸੀਂ ਦੇਖ ਸਕਦੇ ਦੀ ਵਾਕਮੈਸ਼ਿਪ ਬਹੁਤ ਹੀ ਸਮਾਰਟਨੈਸ ਵਾਲਾ ਪੀਸ ਹੋਏਗਾ ਸਿਸਟਰ ਜੀ ਬਹੁਤ ਹੀ ਪਿਆਰਾ ਐਂਕਰਸ ਦੇਖੋ ਸੀ ਗ੍ਰੀਨ ਕਲਰ ਦੇਖੋ ਦੁਪੱਟਾ ਚਿਨੌਨ ਸ਼ਿਫੋਨ ਦਾ ਜੀ ਡਿਜ਼ਾਈਨ ਨੰਬਰ 16 ਹੋਏਗਾ 16 ਨੰਬਰ ਜੀ اور ਰੇਂਜ ਹੋਏਗੀ 14400 ਜੀ 14000 ਐਂਡ 400 ਓਨਲੀ 4 ਡਿਜ਼ਾਈਨ ਨੰਬਰ 17 ਆਏਗਾ ਜੀ ਬੋਟਲ ਗ੍ਰੀਨ ਕਲਰ ਸਾਰਾ ਸੀਕੁਐਂਸ ਆ ਆਰਟੀਕਲ ਹੋਏਗਾ ਸਸਤਰ ਜੀ ਕਿਉਂਕਿ ਤੁਸੀਂ ਰੈਡੀਮੇਡ ਦੇਖੋਗੇ ਤੁਹਾਨੂੰ ਬਹੁਤ ਇਦਾਂ ਦੇ ਆਰਟੀਕਲਸ ਮਿਲਣਗੇ ਔਰ ਅਨਸੀਚ ਫਸਟ ਟਾਈਮ ਇੰਟਰੋਡਿਊਸ ਹੋਇਆ ਜੀ ਬਹੁਤ ਹੀ ਪਿਆਰਾ ਜੀ ਸ਼ਾਲੂ ਜੀ ਸਸ਼ੀਕਾਲ ਜੀ ਪ੍ਰੀਤੀ ਜੀ ਸਸ਼ੀਕਾਲ ਸਾਰਿਆਂ ਨੂੰ ਬਹੁਤ ਬਹੁਤ ਦਿਲ ਤੋਂ ਧੰਨਵਾਦ ਔਰ ਇਹ ਆਏਗਾ ਜੀ ਸਾਡਾ ਸਕੈਲਪਿੰਗ ਵਾਲਾ ਬਾਰਡਰ ਹੋਏਗਾ ਬਹੁਤ ਹੀ ਪਿਆਰਾ ਤੇ ਇਹਦੇ ਤੋਂ ਤੁਸੀਂ ਦੇਖ ਸਕਦੇ ਹੋ ਮਲਟੀਕਲ ਸੀਕੁਐਂਸ ਸੈੱਟ ਕੀਤੀ ਗਈ ਆ 60 ਗ੍ਰਾਮ ਦਾ ਫੈਬਰਿਕ ਆ ਜੀ ਪਿਓਰ ਜੋੜ ਦਾ ਦੇ ਉੱਪਰ ਕਰੇਪ ਦੀ ਬਾਟਮ ਹੋਏਗੀ ਬਹੁਤ ਪਿਆਰੀ ਔਰ ਦੁਪੱਟਾ ਹੋਏਗਾ ਜੀ ਲਾਈਟ ਵੇਟ ਔਰ ਡਿਜ਼ਾਈਨਰ ਦੁਪੱਟਾ ਜੀ ਵੈਰੀ ਨਾਈਸ ਕਮ ਦੇਖੋ ਜੀ ਦਾ ਸੁਪਰਬ ਆਰਟੀਕਲ ਆ ਔਰ ਇਹ ਆਏਗਾ ਜੀ ਇਸ ਤਰ੍ਹਾਂ ਫਰੰਟ ਦੇ ਨਾਲ 12490 12000 ਐਂਡ 490 ਓਨਲੀ 4ਜੀ 12490 ਦੀ ਰੇਂਜ ਹੋਏਗਾ ਜੀ ਡਿਜ਼ਾਈਨਰ ਬੂ ਮੇਰਾ 17 ਜੀ ਤੇ ਆਏਗਾ ਜੀ ਬਲੈਕ ਕਲਰ गर्ल्स اور ਗਰਲਸ اور ਲੇਡੀਜ਼ ਦੀ ਪੂਰੀ ਚੁਆਇਸਸ ਵਾਲੇ ਪੀਸ ਨੇ ਬਲੈਕ ਕਲਰ ਹੋ ਰਿਹਾ ਤੇ ਪਰ ਸਾਰਾ ਸ਼ੈਡੋ ਦਾ ਵਾਕ ਆ ਬਲੈਕ ਟੂ ਬਲੈਕ ਸਾਰਾ ਸੀਕਵੈਂਸੀ ਬਲੈਕ ਆ ਉਸ ਨੀਚੇ ਆਏਗਾ ਜੀ ਸਾਰਾ ਮਲਟੀ ਵਾਕ ਸਾਰਾ ਪੋਲ ਦੀ ਟੱਚਿੰਗ ਹੈਗੀ ਆ ਸਾਰੀ ਕਿਡਤਾਨੇ ਦੀ ਓਟਿੰਗ ਕੀਤੀ ਹੋਈ ਆ ਖੋਲੀ ਔਰ ਇਹਦਾ ਆਏਗਾ ਦੁਪੱਟਾ ਫੋਰ ਸਾਈਡ ਬਾਰਡਰ ਜੀ ਵਾਓ ਕੰਮ ਦੇਖੋ ਸੱਚ ਜੀ ਇਹਦਾ ਕਲੋਸਪ ਦਿਖਾਉਣ ਜਾ ਰਹੇ ਆਂ ਦੀ ਵਾਕਮੈ ਸ਼ਿਪਤੂ ਜੀ ਦੇਖੋ सारा थ्रेड्स है ने पिंक कलर ग्रीन कलर हर तरह के थ्रैड यूज किए हुए हैं फोर साइड बॉर्डर भी आ और काम देखो जी करेब का सूट आ दपट्टा फोर्थसाइड ओरगैनजा येगा जी चौदह हजार एक सौ नब्बे आर्टिकल नंबर एटीन फोर्टीन थाउजेंड वन नाइनटी ओनली फोर ਔਰ ਨੈਕਸਟ ਆਰਟੀਕਲ ਹੈਗਾ ਜੀ ਸਾਡਾ ਪਿਓਰ ਵੈਲਵਟ ਦੇ ਉੱਤੇ ਜੀ ਵੈਰੀ ਨਾਈਸ ਥਿਸ ਇਜ਼ ਅ ਬਿਊਟੀਫੁਲ ਪੀਸ ਹੈਗਾ ਜੀ ਸਾਰਾ ਸਾਰਾ ਦੇ ਪਰ ਤੁਸੀਂ ਦੇਖ ਸਕਦੇ ਹੋ ਅਨਟਿਕ ਟੱਚ ਹੈਗਾ ਦਬਕੇ ਦਾ ਹੋਏਗਾ ਜਿਸ ਸ਼ੀਮਰ ਦਾ ਪੈਚ ਲੱਗਿਆ ਵਾਕ ਕਿਤਹਾਵਾ ਇਸ ਤਰ੍ਹਾਂ ਨੈਕਲਾਈਨ ਤੇ ਵਾਕ ਹੋਏਗਾ ਬਹੁਤ ਪਿਆਰਾ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਨੇ ਔਰ ਹਲਕਾ ਜਿਹਾ ਬਾਟਮ ਦੇ ਵਾਕ ਹੋਏਗਾ ਜਿਵੇਂ ਤੁਸੀਂ ਪਲਾਸੋ ਪੈਨ ਸ਼ਾਰਾ ਕੁਝ ਵੀ ਰੈਡੀ ਕਰਾ ਸਕਦੇ ਹੋ ਕਿਉਂਕਿ ਫਸਟ ਟਾਈਮ ਹੋਇਆ ਵਾ ਜਿਹੜਾ ਬੈਲਵਟ ਦਾ ਸੂਟ ਹੋਏਗਾ ਉਹ ਸਾਰਾ 올 오버 벨벳 ਦੇ ਨੀਂ ਦਾ ਜਿਆਦਾ ਨਾ ਕਰੇਵ ਦੀ ਬਾਟਮ ਹੁੰਦੀ ਆ ਬਟ ਇਹ 올 오버 ਆਏਗਾ ਸਿਸਟਰ ਜੀ 벨벳 ਦੇ ਨਾਲ ਦੁਪੱਟਾ ਕੰਟਰਾਸਟ ਹੋਏਗਾ ਜੀ ਇਹਦਾ 골ਡ ਕਲਰ ਦਾ ਜੀ ਵੈਰੀ ਨਾਈਸ ਦਿਸ ਇਸ ਅ ਬਿਊਟੀਫੁਲ ਪੀਸ ਫੋਰ ਸਾਈਡ ਬਾਰਡਰ ਵੀ ਹੈਗਾ ਵਾ ਪ੍ਰੋਪਰ ਸ਼ਰਿਸ ਬਣੀ ਹੋਈਆਂ ਨੇ ਡਿਜ਼ਾਈਨ ਨੰਬਰ 9 ਟੀਮ ਹੋਏਗਾ ਜੀ ਔਰ ਰੇਂਜ ਹੋਏਗੀ 15850 ਜੀ 15000 850 ਓਨਲੀ ਫੋਰ ਰੋਸ ਸਟਾਈਲ ਲਾਸਟ ਆਰਟੀਕਲ ਆਇਆ ਜੀ ਪਿਓਰ ਜਾਮਾਬਾਰ ਸਿਲਕ ਚ ਇਹ ਰੋਸ ਸਿਲਕ ਖੱਡੀ ਬਣ ਕੇ ਫਸਟ ਟਾਈਮ ਆਇਆ ਸੀ ਔਰ ਜਿਆਤਰ ਔਰਗੈਂਜ਼ਾ ਆਂਦੀ ਆ ਸਿਲਕ ਆਂਦੀ ਆ ਬਟ ਇਹ ਰੋ ਦੇ ਨਾਲ ਆਇਆ ਵਾ ਸੀ ਸਾਰਾ ਵੀਜ਼ਿੰਗ ਵਾਲਾ ਸਟਾਈਲ ਔਰ ਗੋਟਾ ਪੱਤੀ ਦਾ ਵਰਕ ਬੋਲ ਟੱਚ ਦੇ ਨਾਲ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਨੇ ਔਰ ਇਹ ਕਾ ਪਾਪਲ ਵਾਈਨ ਕਲਰ ਜੀ ਵੈਰੀ ਨਾਈਸ ਦਿਸ ਇਜ਼ ਅ ਬਿਊਟੀਫੁਲ ਸੂਟ ਆਇਆਗਾ ਜੀ ਸਾਰਾ ਗੋਟਾ ਪੱਤੀ ਵੀ ਦੇਖੋ ਕਿੰਨੀ ਪਿਆਰੀ ਆ ਉਹਦੇ ਉੱਪਰ ਔਟਿੰਗ ਸਾਰੀ ਦਬਕਿਆ ਦੀ ਹੋਏਗੀ ਔਰ ਕੰਮ ਹੋਏਗਾ ਬਹੁਤ ਹੀ क्लास वॉक और रेंज होएगी 32480 ओनली फॉर नाल 3 मीटर दी शर्ट 3 मीटर दी बॉटम और दुपट्टा प्योर ऑर्गेन्जा दा ऑल सिस्टर जी शॉप ਦੇ WhatsApp ਨੰਬਰ ਹੋਣਗੇ ਫਸਟ ਸੈਕਿੰਡ ਥਰਡ ਤੁਸੀਂ ਕੋਈ ਵੀ ਵੀਡੀਓ ਕੋਲ ਸ਼ਾਪਿੰਗ ਕਰਨੀ ਆ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਔਰ 20 ਆਰਟੀਕਲ ਚ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਸਿਰਫ ਤਿੰਨ ਨੰਬਰਾਂ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸ਼ਾਪ ਦੇ WhatsApp ਨੰਬਰ ਨੇ ਕਿਸੇ ਵੀ ਨੰਬਰ ਨੂੰ ਯੂਜ਼ ਕਰੋ ਫਸ 2 3 ਕਿਸੇ ਵੀ ਨੰਬਰ ਨੂੰ ਯੂਜ਼ ਕਰਕੇ ਤੁਸੀਂ ਆਪਣੇ ਸਕਰੀਨ ਸ਼ਾਟਸ ਤੇ ਸਾਦੇ ਹੋ ਡੀਐਮ ਕਰ ਸਕਦੇ ਹੋ ਔਰ ਆਪਣੇ ਪੀਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਸ਼ਿਪਿੰਗ ਆਪਣੀ ਵਰਲਡਵਾਈਡ ਆ ਕਿਤੇ ਵੀ ਬੈਠ ਕੇ ਆਪਣਾ ਆਰਡਰ ਪਲੇਸ ਕਰੋ 2 ਤੋਂ 3 ਡੇਸ ਇੰਡੀਆ ਦੇ ਅੰਦਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਅੰਦਰ ਤੇ ਸਾਰਿਆਂ ਨੂੰ ਪਿਆਰ ਪ੍ਰੀ ਸਸ਼ੀਕਾਲ ਜੀ ਫਤਿਹ ਪ੍ਰਵਾਨ ਕਰਿਓ ਸ਼੍ਰੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਸਾਰਿਆਂ ਨੂੰ ਜੈ ਸ਼੍ਰੀ ਰਾਮ